ਇਹ ਮੈਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਚਾਹੁੰਦੀ ਹਾਂ ਜਿਹੜੇ ਹਰ ਵਾਰੀ ਮੇਰੇ ਹਸਬੈਂਡ ਦੀ ਕਰੋਨਾ ਵਾਲੀ ਜਿਹੜੀ ਰੇਹੜੀ ਚ ਲੱਤ ਮਾਰਦਿਆਂ ਦੀ ਫੋਟੋ ਨੂੰ ਲਾ ਕੇ ਨਾ ਬੜੇ ਗੰਦੇ ਤੋਂ ਗੰਦੇ ਜਿਹੜੇ ਕਮੈਂਟਸ ਪਾਸ ਕਰਦੇ ਨੇ, ਮੈਂ ਉਹਨਾਂ ਦਾ ਜਵਾਬ ਇਹ ਦਿੰਦੀ ਹਾਂ ਕਿ ਉਸ ਕਰੋਨਾ ਦੇ ਵਿੱਚ ਉਸ ਟਾਈਮ ਦੀ ਜਿਹੜੀ ਗਵਰਨਮੈਂਟ ਸੀਗੀ ਉਹਨਾਂ ਨੇ ਇਹ ਅਵਾਰਡ ਮੇਰੇ ਹਸਬੈਂਡ ਨੂੰ ਦਿੱਤਾ ਹੋਇਆ ਸੀਗਾ, ਕਿਉਂਕਿ ਉਸ ਟਾਈਮ ਦੇ ਵਿੱਚ ਇਹਨਾਂ ਨੂੰ 2 ਵਾਰੀ ਕਰੋਨਾ ਹੋ ਗਿਆ ਸੀ ਔਰ ਬੜੀ ਮੁਸ਼ਕਲ ਦੇ ਨਾਲ ਇਹਨਾਂ ਦੀ ਜਾਨ ਬਚੀ ਸੀ, ਜਿਹੜੇ ਕਹਿੰਦੇ ਨੇ ਕਿ ਇਹਨਾਂ ਨੇ ਕਿਸੇ ਗਰੀਬ ਦੇ ਰੋਜੀ ਰੋਟੀ ਨੂੰ ਲੱਤ ਮਾਰੀ ਸੀ। ਉਸ ਟਾਈਮ ਇਹ ਕਹੋਗੇ ਕਿ ਉਸ ਟਾਈਮ ਦੀ ਜਿਹੜੀ ਪਿਛਲੀ ਸਰਕਾਰ ਸੀਗੀ ਉਹਨਾਂ ਨੇ ਵੀ ਮੇਰੇ ਹਸਬੈਂਡ ਨੂੰ ਸੀਐਮ ਮੈਡਲ ਦੇ ਨਾਲ 2 ਵਾਰੀ ਸੀਐਮ ਮੈਡਲ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਸੀ। ਜਿਹੜੇ ਲੋਕੀ ਕਹਿੰਦੇ ਨੇ ਕਿ ਇਹ ਜਿਹੜਾ ਹੈਗਾ ਆ ਕ੍ਰਿਮੀਨਲ ਪੁਲਿਸ ਅਫੀਸਰ ਆ, ਔਰ ਜਿਹੜੀ ਮੌਜੂਦਾ ਸਰਕਾਰ ਹੈਗੀ ਆ 15 ਅਗਸਤ 2023 ਨੂੰ ਮੇਰੇ ਹਸਬੈਂਡ ਨੂੰ ਇਹ ਇੱਕ ਬੈਸਟ ਅਫੀਸਰ ਹੋਣ ਦਾ ਅਵਾਰਡ ਮਿਲਿਆ ਗਿਆ ਸੀ ਕਿ ਮਹਿਕਮੇ ਦੇ ਵਿੱਚ ਬਹੁਤ ਹੀ ਵਧੀਆ ਕੰਮ ਕਰਦਾ, ਤੇ ਅੱਜ 20 ਦਿਨ ਬਾਅਦ ਮੇਰਾ ਹਸਬੈਂਡ ਇੱਕ ਕਾਤਲ ਹੋ ਗਿਆ। 15-20 ਦਿਨ ਤੋਂ ਇਹ ਬਵਾਲ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਕਿ ਨਵਦੀਪ ਸਿੰਘ ਐਸਟ ਨੇ 2 ਭਰਾਵਾਂ ਨੂੰ ਮਤਲਬ ਕੇਸ ਦੇ ਵਿੱਚ ਫਸਾਇਆ ਜਾ ਰਿਹਾ ਹੈ ਨਾ, ਕਿ ਉਹਨਾਂ ਨੇ ਮਾਨਵਜੀਤ ਨੂੰ ਜਿਹੜਾ ਹੈਗਾ ਉਹਨਾਂ ਤੇ ਤਸ਼ੱਦਦ ਕੀਤਾ ਇਸ ਕੇਸ ਦੇ ਉੱਤੇ, ਪੂਰੇ ਪੰਜਾਬ ਦੇ ਵਿੱਚ ਬਵਾਲ ਖੜਾ ਹੈ। ਪਰ ਸਭ ਤੋਂ ਪਹਿਲਾਂ ਮੈਂ ਜਿਹੜੇ ਮੇਰੇ ਪੰਜਾਬ ਪੁਲਿਸ ਦੇ ਸਾਰੇ ਕਰਮਚਾਰੀ ਨੇ, ਚਾਹੇ ਉਹ ਛੋਟੇ ਨੇ ਮੇਰੇ ਕੋਲ ਚਾਹੇ ਵੱਡੇ, ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਅੱਜ ਤੋਂ ਬਾਅਦ ਪੁਲਿਸ ਸਟੇਸ਼ਨ ਦੇ ਵਿੱਚ ਜਾਂ ਸੜਕ ਦੇ ਉੱਤੇ ਪੁਲਿਸ ਸਟੇਸ਼ਨ ਤੋਂ ਬਾਹਰ ਕਿਸੇ ਦੀ ਧੀ ਭੈਣ ਜਾਂ ਮਾਂ ਦੇ ਨਾਲ ਕੋਈ ਬਦਸਲੂਕੀ ਕਰਦਾ ਕਿ ਉਹਦੀ ਇੱਜ਼ਤ ਦੇ ਉੱਤੇ ਹੱਥ ਉਠਾਉਂਦਾ ਆ, ਤਾਂ ਤੁਸੀਂ ਉਹਨਾਂ ਦੀ ਮਦਦ ਨਹੀਂ ਕਰਨੀ। ਕਿਉਂ ਨਹੀਂ ਕਰਨੀ? ਕਿਉਂਕਿ ਜਿਹੜੇ ਅੱਜ ਸਾਡੇ ਪਰਿਵਾਰ ਦਾ ਹਾਲ ਹੈ, ਨਵਦੀਪ ਸਿੰਘ ਦੇ ਪਰਿਵਾਰ ਦੀ ਜੋ ਹਾਲਤ ਹੈਗੀ ਆ, ਤਾਂ ਕਿ ਮੇਰੇ ਉਹਨਾਂ ਵੀਰਾਂ ਦੇ ਪਰਿਵਾਰਾਂ ਦੀ ਵੀ ਹਾਲਤ ਹੈ ਜਿਹੜੀ ਉਹ ਨਾ। ਗੱਲ ਕੀਤੀ ਜਾਵੇ ਕਿ ਇੱਕ ਦੀ ਡੈਡ ਬੋਡੀ ਮਿਲ ਗਈ ਹੈ, ਦੂਸਰੇ ਦੀ ਹਜੇ ਮਿਲ ਨਹੀਂ ਪਾਈ ਹੈ, ਅੱਜ ਪੋਸਟਮਾਰਟਮ ਹੋ ਕੇ ਜਿਹੜਾ ਉਹਨਾਂ ਦਾ ਸੰਸਕਾਰ ਕਰਨ ਦੀ ਵੀ ਗੱਲ ਆ ਰਹੀ ਹੈ, ਲੇਕਿਨ ਇਸ ਵਿਚਾਰੇ ਜਿਹੜੀ ਉਹਨਾਂ ਦੀ ਕਾਰਵਾਈ ਹੋਈ ਹੈ ਨਵਦੀਪ ਸਿੰਘ ਤੇ ਨਾਲ ਉਹਨਾਂ ਦੇ ਸਾਥੀਆਂ ਦੇ, ਉੱਥੇ ਕਿਵੇਂ ਦੇਖਦੇ ਹੋ? ਜਿਸ ਬੰਦੇ ਦੀ ਡੈਡ ਬੋਡੀ ਮਿਲੀ ਹੈ ਜੀ, ਜਸ਼ਨਜੀਤ ਜਸ਼ਨ ਦੀ, ਉਹਦਾ ਮੇਰੇ ਹਸਬੈਂਡ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ, ਨਾ ਤਾਂ ਉਹ ਮਿਲਿਆ ਜ਼ਿੰਦਗੀ ਦੇ ਵਿੱਚ ਮੇਰੇ ਹਸਬੈਂਡ ਨੂੰ ਕਦੀ, ਨਾ ਹੀ ਉਹ ਪੁਲਿਸ ਸਟੇਸ਼ਨ ਦੇ ਵਿੱਚ ਆਇਆ। ਉਹ ਤਾਂ ਸਿਰਫ ਘਰੋਂ ਹੀ ਗੋਇੰਦਵਾਲ ਸਾਹਿਬ ਗਿਆ, ਉੱਥੋਂ ਉਹਨੇ ਜਾ ਕੇ ਛਾਲ ਮਾਰ। ਮੈਨੂੰ ਵੀ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਜਿਹੜਾ ਪ੍ਰਸ਼ਾਸਨ ਆ ਉਹ ਇਹਦਾ ਕਤਲ ਮੇਰੇ ਹਸਬੈਂਡ ਦੇ ਉੱਪਰ ਕਿਉਂ ਪਾ ਰਿਹਾ, ਨਾ ਤਾਂ ਉਹ ਕਿਤੇ ਨਾਂ ਲਿਖ ਕੇ ਗਿਆ, ਨਾ ਉਹ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਚੱਲਦੀ ਪਈ ਸੀ ਉਹਦੇ ਵਿੱਚ ਸ਼ਾਮਲ ਸੀ, ਉਹ ਬੰਦਾ ਤੇ ਪੁਲਿਸ ਸਟੇਸ਼ਨ ਆਇਆ ਹੀ ਨਹੀਂ, ਇਸ ਕਤਲ ਕੇਸ ਦੇ ਵਿੱਚ ਮੇਰੇ ਹਸਬੈਂਡ ਨੂੰ ਕਿਉਂ ਫਸਾਇਆ ਜਾ ਰਿਹਾ? ਜੇ ਗੱਲ ਕੀਤੀ ਜਾਵੇ ਕਿ ਮਾਨਵਜੀਤ ਜਿਹੜਾ ਜਸ਼ਨ ਦਾ ਭਰਾ ਸੀ ਵੱਡਾ, ਉਹ ਉਸ ਕੇਸ ਦੇ ਵਿੱਚ ਆਏ ਸੀ ਲੜਕੀ ਦੇ ਪਕਸ਼ ਵੱਲੋਂ, ਤੇ ਕਹਿ ਰਹੇ ਕਿ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਜਿਸ ਦੇ ਡਿਪਰੈਸ਼ਨ ਦੇ ਚੱਲਦੇ ਉਹਨਾਂ ਦੇ ਛੋਟੇ ਭਰਾ ਨੇ ਛਾਲ ਮਾਰੀ, ਮਗਰ ਹੀ ਮਾਨਵਜੀਤ ਨੇ ਮਾਰ ਦਿੱਤੀ। ਮਾਨਵਜੀਤ ਨੇ ਆ ਕੇ ਇੱਕ ਮਹਿਲਾ ਕਾਂਸਟੇਬਲ ਦੇ ਨਾਲ ਬਦਤਮੀਜ਼ੀ ਕੀਤੀ, ਉਹਨੂੰ ਕਾਫੀ ਅਪਸ਼ਬਦ ਬੋਲੇ, ਉਹਨੂੰ ਇੱਥੋਂ ਤੱਕ ਕਿਹਾ ਕਿ ਤੂੰ ਬਾਹਰ ਨਿਕਲ, ਤੇਰੇ ਮੈਂ ਕੱਪੜੇ ਲਵਾ ਦਿੱਤਾ, ਤੇਰੇ ਕੱਪੜੇ ਤਾਂ ਮੈਂ ਲਾਉਂਗਾ। ਉਹ ਸ਼ਾਇਦ ਇਹ ਭੁੱਲ ਗਿਆ ਸੀਗਾ ਵੀ ਜੇ ਇਹ ਕੱਪੜੇ ਨਹੀਂ ਹੁੰਦੇ, ਇਹ ਵਰਦੀ ਹੁੰਦੀ ਹੈ ਜੋ ਕਿ ਬੜੇ ਮਾਨ ਸਨਮਾਨ ਦੇ ਨਾਲ ਡੀਜੀਪੀ ਵੱਲੋਂ ਕੁਛ ਹੀ ਲੋਕਾਂ ਨੂੰ ਦਿੱਤੀ ਜਾਂਦੀ ਆ, ਆਮ ਬੰਦੇ ਕੋਲੇ ਮਾਨ ਸਨਮਾਨ ਵਾਲੀ ਵਰਦੀ ਨਹੀਂ ਹੁੰਦੀ ਜਿਹਨੂੰ ਉਹ ਕੱਪੜੇ ਕਹਿ ਰਿਹਾ ਸੀ। ਮੇਰੇ ਹਸਬੈਂਡ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ, ਉਹਨਾਂ ਨੇ ਆਪਣੇ ਕਮਰੇ ਦੇ ਵਿੱਚ ਬੁਲਾਇਆ ਕਿ ਇਹਨੂੰ ਕਮਰੇ ਦੇ ਵਿੱਚ ਭੇਜੋ, ਉਹਨੂੰ ਕਿਹਾ ਕਿ ਤੂੰ ਜਿਹੜੀ ਇਹ ਅਪਸ਼ਬਦ ਬੋਲ ਰਿਹਾ, ਗੰਦੀ ਭਾਸ਼ਾ ਵਰਤ ਰਿਹਾ, ਇਹਨੂੰ ਬੰਦ ਕਰ। ਉਹ ਕਹਿੰਦਾ ਤੈਨੂੰ ਪਤਾ ਨਹੀਂ ਹੈ ਮੈਂ ਕਿਹੜੇ ਲੀਡਰਾਂ ਦਾ ਰਿਸ਼ਤੇਦਾਰ ਹਾਂ, ਤੇ ਤੂੰ ਬਾਹਰ ਨਿਕਲ, ਮੈਂ ਤੇਰੀ ਵੀ ਵਰਦੀ ਲਾਉਣਾ। ਮੇਰੇ ਹਸਬੈਂਡ ਨੂੰ ਇਹ ਗੱਲ ਮੈਨੂੰ ਸੁਰੱਖੀ ਕੀਤੀ, ਮੈਂ ਪੁੱਛਿਆ ਸੀ ਇਹ ਚੀਜ਼, ਉਹਨਾਂ ਤੋਂ ਵੀ ਕਨਫਰਮ ਕੀਤੀ। ਜਿਹੜਾ ਪੁਲਿਸ ਵਿਭਾਗ ਵੱਲੋਂ ਨਵਦੀਪ ਸਿੰਘ ਤੇ ਉਹਨਾਂ ਦੇ ਸਾਥੀਆਂ ਖਿਲਾਫ ਕਾਰਵਾਈ ਹੋਈ ਹੈ, ਉਹਨੂੰ ਕਿਵੇਂ ਦੇਖ ਰਹੇ? ਮੈਨੂੰ ਲੱਗਦਾ ਕਿ ਇਹ ਸਾਰੇ ਪੁਲਿਸ ਪ੍ਰਸ਼ਾਸਨ ਦੇ ਨਾਲ ਧੱਕਾ ਹੋਇਆ, ਚਾਹੇ ਪੁਲਿਸ ਪ੍ਰਸ਼ਾਸਨ ਤੋਂ ਜਾਣੇ ਅਣਜਾਣੇ ਦੇ ਵਿੱਚ ਹੈ, ਪਰ ਇਹ ਬਹੁਤ ਹੀ ਵੱਡੀ ਨਾ ਇਨਸਾਫੀ ਪੁਲਿਸ ਮੁਲਾਜ਼ਮਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਨਾਲ ਹੋ ਗਈ ਹੈ, ਕਿਉਂਕਿ ਸਾਡੇ ਨਾਲ ਨਾ ਤੇ ਪਬਲਿਕ ਖੜਦੀ ਹੈ, ਨਾ ਰਾਜਨੀਤੀ ਖੜਦੀ ਹੈ, ਨਾ ਸਾਡਾ ਪ੍ਰਸ਼ਾਸਨ ਖੜਦਾ, ਕਿਉਂਕਿ ਉਹ ਵਰਦੀ ਚਾਹੁੰਦੇ। ਅਸੀਂ ਕਿੱਥੇ ਜਾਈਏ? ਸਾਡਾ ਗੁਨਾਹ ਹੋ ਗਿਆ ਜੇ ਅਸੀਂ ਪੁਲਿਸ ਮੁਲਾਜ਼ਮਾਂ ਦੇ ਬੱਚੇ ਆ ਜਾਂ ਉਹਨਾਂ ਦਾ ਬੀਵੀਆਂ ਅਸੀਂ, ਉਹਨਾਂ ਦੇ ਮਾਂ ਬਾਪ ਨੇ ਬੁੱਢੇ, ਅਸੀਂ ਕੀ ਗੁਨਾਹ ਕਰਤਾ? ਅੱਗੇ ਤੁਹਾਡਾ ਕੀ ਮੰਗ ਹੈ? ਤੁਹਾਡੀ ਮੰਗ ਮੇਰੀ ਇਹ ਹੈ ਕਿ ਜਿਹੜੇ ਮਾਨਵਜੀਤ ਸੀਗਾ, ਜਿਹੜਾ ਕਹਿੰਦੇ ਨੇ ਕਿ ਉਹਦੇ 57 ਜਿਹੜੀ ਕੀਤੀ ਗਈ ਹੈ, ਉਹ ਸਾਰੇ ਪੁਲਿਸ ਅਧਿਕਾਰੀ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਆ, ਉਦੋਂ ਉਹਨਾਂ ਨੂੰ ਦੱਸਿਆ ਗਿਆ ਕਿ 25 ਬੰਦੇ ਨੇ ਜੀ ਆਏ ਹੋਏ ਇੱਥੇ, ਤੇ ਇਦਾਂ ਕਰਕੇ ਇਹ ਬੰਦਾ ਨੂੰ ਕੋਈ ਬਦਸਲੂਕੀ ਕਰ ਰਿਹਾ। ਕਿਹੜੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਗਿਆ? ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਉਸ ਟਾਈਮ ਆਪਣੀ ਡਿਊਟੀ ਤੇ ਮੌਜੂਦ ਸੀਗੇ, ਉਹਨਾਂ ਨੇ ਕਿਹਾ ਮੇਰੇ ਹਸਬੈਂਡ ਨੂੰ ਕਿ ਤੁਸੀਂ ਇਹਦੀ 57 ਕਰ ਦਿਓ। ਇਹ ਉਹਨਾਂ ਦੇ ਨੋਟਿਸ ਦੇ ਵਿੱਚ ਲਿਆ ਕੇ ਮੇਰੇ ਹਸਬੈਂਡ ਨੇ ਕਾਰਵਾਈ ਤਾਂ ਕੀਤੀ ਸੀ। ਉਹ ਕਰਨੀ ਮੇਰੇ ਹਸਬੈਂਡ ਨੂੰ ਪੈਣੀ ਸੀ, ਕਿਉਂਕਿ ਮੇਰੇ ਹਸਬੈਂਡ ਉਸ ਥਾਣੇ ਦੇ ਇੰਚਾਰਜ ਸੀ। ਜਲੰਧਰ ਤੋਂ ਗੋਇੰਦਵਾਲ ਸਾਹਿਬ ਦਾ ਰਸਤਾ ਤੁਹਾਨੂੰ ਵੀ ਪਤਾ ਹੋਣਾ, ਕਾਫੀ ਦੂਰ ਹੈ, ਕੋਈ 5-4 ਮਿੰਟ ਦਾ ਤੇ ਹੈ ਨਹੀਂ। ਠੀਕ ਹੈ, ਇਹ ਬੰਦਾ ਜਿਹੜਾ ਮਾਨਵਜੀਤ ਸਿੰਘ ਉੱਪਲ ਸੀਗਾ, ਇੱਥੋਂ ਉਹਨਾਂ ਨੂੰ ਸਿੱਧਾ ਗੋਇੰਦਵਾਲ ਸਾਹਿਬ ਦਰਿਆ ਤੇ ਲੈ ਗਿਆ।
ਠੀਕ ਹੈ ਉਹਦੇ ਵਿੱਚ ਵੀ ਉਹਨੇ ਕੋਈ ਸ਼ਿਕਾਇਤ ਨਹੀਂ ਕੀਤੀ ਵੀ ਜੀ ਮੇਰੇ ਉੱਤੇ ਪੁਲਿਸ ਮੁਲਾਜ਼ਮ ਨੇ ਜਿਹੜਾ ਨਵਦੀਪ ਸਿੰਘ ਹੈ ਉਹਨੇ ਮੇਰੇ ਉੱਤੇ ਤਸ਼ੱਦਦ ਕੀਤਾ ਬਹੁਤ ਟਾਈਮ ਸੀ ਉਹ ਕਰ ਸਕਦਾ ਸੀ ਜਾਂ ਉਹ ਇੱਥੋਂ ਨਿਕਲਣ ਲੱਗਿਆ ਜਿਹੜੇ ਹਾਇਰ ਪੁਲਿਸ ਅਧਿਕਾਰੀ ਸੀਗੇ ਹਾਈ ਅਥਾਰਟੀ ਸੀਗੀ ਕੋਈ ਵੀ ਸੀਨੀਅਰ ਪੁਲਿਸ ਅਧਿਕਾਰੀ ਸੀਗੇ ਉਹਨਾਂ ਨੂੰ ਕਹਿ ਸਕਦਾ ਸੀਗਾ ਉੱਥੇ ਆਪਣੀ ਕੰਪਲੇਂਟ ਲਿਖਾ ਸਕਦਾ ਸੀਗਾ ਜੀ ਕਿ ਨਵਦੀਪ ਸਿੰਘ ਨੇ ਮੇਰੇ ਤੇ ਆਹ ਤਸ਼ੱਦਦ ਕੀਤਾ ਠੀਕ ਹੈ ਜਦੋਂ ਇਹ ਦਰਿਆ ਤੇ ਚਲੇ ਗਏ ਉੱਥੇ ਜਾ ਕੇ ਉਹ ਮੇਰੇ ਮਾਨਵਜੀਤ ਉੱਪਲ ਦੇ ਬਿਆਨ ਹੈ ਕਿ ਜਿਹੜਾ ਜਸ਼ਨਜੀਤ ਉੱਥੇ ਪਹਿਲਾਂ ਹੀ ਸੀਗਾ ਜਸ਼ਨਜੀਤ ਤੇ ਪਹਿਲਾਂ ਆਪਣੇ ਘਰੋਂ ਆਇਆ ਸੀ ਜਿਹਦੀ ਲਾਸ਼ ਮਿਲੀ ਹੈ ਜਿਹਦਾ ਰੌਲਾ ਮਿਲਿਆ ਜਿਹਦੇ ਮੇਰੇ ਹਸਬੈਂਡ ਨੂੰ ਜਿਹਦੇ ਵਿੱਚ ਇਹ ਸਜ਼ਾ ਸੁਣਾ ਦਿੱਤੀ ਗਈ ਹੈ ਮਹਿਕਮੇ ਵੱਲੋਂ ਅੱਜ ਕੋਈ ਮੈਂ ਉਹ ਪੁੱਛਣਾ ਚਾਹੂੰਗੀ ਕਿ ਜਿਹੜਾ ਬੰਦਾ ਦਰਿਆ ਦੇ ਉੱਤੇ ਇਹਨਾਂ ਨੂੰ ਲੈ ਕੇ ਗਿਆ ਸੀਗਾ ਉਹਦੇ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ ਫਿਰ ਇੱਕ ਚੀਜ਼ ਹੋਰ ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ ਮਾਨਵਜੀਤ ਢਿੱਲੋਂ ਦੀਆਂ ਉਹਦੇ ਵਿੱਚ ਇਹ ਕਹਿੰਦੇ ਨੇ ਕਿ ਜਿਹੜੇ ਜਦੋਂ ਮੈਂ ਇੱਥੇ ਲੈ ਕੇ ਆਇਆ ਜਸ਼ਨ ਤਾਂ ਪਹਿਲਾਂ ਹੀ ਉੱਥੇ ਸੀ ਤੇ ਮੈਂ ਉੱਥੇ ਮੇਰੀ ਪਿੱਠ ਸੀ ਉੱਧਰ ਤੇ ਮੈਨੂੰ ਪਤਾ ਲੱਗਿਆ ਕਿ ਇਹਨਾਂ ਦੋਨਾਂ ਭਰਾਵਾਂ ਨੇ ਛਾਲਾਂ ਮਾਰਤੀਆਂ ਠੀਕ ਹੈ ਦੋਨਾਂ ਭਰਾਵਾਂ ਨੇ ਛਾਲਾਂ ਮਾਰਤੀਆਂ ਜਦੋਂ ਕੋਈ ਛਾਲ ਮਾਰਦਾ ਪਾਣੀ ਦੇ ਵਿੱਚ ਆਪਾਂ ਕੋਲੇ ਖੜੇ ਹੁੰਦੇ ਚਾਹੇ ਆਪਣੀ ਬੈਕ ਹੈ ਚਾਹੇ ਆਪਣਾ ਫੇਸ ਆਊਟ ਆਪਾਂ ਰੌਲਾ ਪਾਉਂਦੇ ਜਿਹੜਾ ਕੋਈ ਹੋਰ ਆਸ ਪਾਸ ਹੁੰਦਾ ਉਹਨੂੰ ਆਪਾਂ ਕਹਿੰਦੇ ਹਾਂ ਕਿ ਤੁਸੀਂ ਸਾਡੀ ਮਦਦ ਕਰੋ ਆਪਾਂ ਰੌਲਾ ਪੈਂਦੇ ਹਾਂ ਬਚਾਓ ਦੀਆਂ ਆਵਾਜ਼ਾਂ ਲਾਉਂਦੇ ਹਾਂ ਇਹਨੇ ਆਪਣੇ ਵਕੀਲ ਨੂੰ ਫੋਨ ਕੀਤਾ ਇਹਦੀ ਤੁਸੀਂ ਵੀਡੀਓ ਕਾਨਫਰੰਸ ਸੁਣਿਓ ਮੈਂ ਵੀ ਉੱਥੋਂ ਹੀ ਸੁਣਿਆ ਮੈਂ ਮਿਲੀ ਨਹੀਂ ਹੈ ਉਹਦੇ ਵਿੱਚ ਇਹ ਕਹਿੰਦਾ ਇਹਦਾ ਵਕੀਲ ਵੀ ਕਹਿੰਦਾ ਕਿ ਜਿਹੜਾ ਪਹਿਲਾ ਫੋਨ ਸੀਗਾ ਮਾਨਵ ਵੀਰੇ ਨੇ ਮੈਨੂੰ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਹਸਬੈਂਡ ਦੇ ਉੱਤੇ ਜਿਹੜਾ ਹੈਗਾ ਦੋਸ਼ ਲਾਉਣੇ ਸ਼ੁਰੂ ਕੀਤੇ ਮੈਂ ਪੁੱਛਦੀ ਹਾਂ ਵੀ ਉਹ ਬਾਅਦ ਚੋਂ ਬੇਲ ਤੋਂ ਲੈ ਕੇ ਗੋਇੰਦਵਾਲ ਸਾਹਿਬ ਜਾਣ ਤੱਕ ਨਵਦੀਪ ਸਿੰਘ ਨਿਰਦੋਸ਼ ਸੀ ਜਦੋਂ ਪਾਣੀ ਦੇ ਵਿੱਚ ਡਿੱਗ ਗਏ ਇਹਨੂੰ ਲੱਗਾ ਵੀ ਮੈਂ ਇੱਥੋਂ ਤੱਕ ਲੈ ਕੇ ਆਇਆ ਸੀ ਪਹਿਲਾਂ ਇਹਨੇ ਆਪਣੇ ਵਕੀਲ ਨਾਲ ਹੀ ਸਲਾਹ ਕੀਤੀ ਵੀ ਮੈਨੂੰ ਉਹਨੇ ਪੁੱਛਿਆ ਜਾਵੇ ਵੀ ਮੈਂ ਹੁਣ ਜਿਹੜੀ ਕੰਪਲੇਂਟ ਦੇਣੀ ਹੈ ਲੋਕਾਂ ਨੇ ਮੈਨੂੰ ਪੁੱਛਣਾ ਵੀ ਇਹ ਦੋਨੋਂ ਭਰਾ ਕਿੱਥੇ ਗਏ ਇਹਨੇ ਉਸ ਤੋਂ ਬਾਅਦ ਮੇਰੇ ਹਸਬੈਂਡ ਦੇ ਉੱਤੇ ਐਲੀਗੇਸ਼ਨ ਲਾਈ ਪਹਿਲਾਂ ਕਿਉਂ ਨਹੀਂ ਲਾਈ ਸੋਰਸਿਸ ਤੋਂ ਜਿਹੜਾ ਜਾਣਕਾਰੀ ਮਿਲ ਰਹੀ ਹੈ ਕਿ ਨਵਦੀਪ ਸਿੰਘ ਨੂੰ ਸ਼ਾਇਦ ਬਰਖਾਸਤ ਹੀ ਕੋਈ ਕਰਦੀ ਤਾਂ ਮੈਂ ਵੀ ਆਪਣਾ ਜਿੱਥੋਂ ਤੱਕ ਮੈਨੂੰ ਹੋਗਾ ਮੈਂ ਕੋਰਟ ਤੱਕ ਵੀ ਜਾਵਾਂਗੀ ਕਿਉਂਕਿ ਜਿਹੜਾ ਇਹ ਮਾਹੌਲ ਸਿਰਫ ਢਿੱਲੋਂ ਬ੍ਰਦਰਸ ਦੀ ਮੌਤ ਦਾ ਸਵਾਲ ਨਹੀਂ ਖੜਾ ਹੁੰਦਾ ਇਹਦੇ ਵਿੱਚ ਜਿਹੜਾ ਪੋਲੀਟੀਸ਼ੀਅਨ ਜਿਹੜੇ ਆਏ ਨੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਇਸ ਮਾਹੌਲ ਦਾ ਫਾਇਦਾ ਉਠਾਇਆ ਇਹਨਾਂ ਨੇ ਜਿਹੜੀਆਂ ਆਪਣੀਆਂ ਪਰਸਨਲ ਰੰਜਿਸ਼ ਸੀਐਮ ਸਾਹਿਬ ਨਾਲ ਸੀਗੀਆਂ ਭਗਵੰਤ ਮਾਨ ਜੀ ਨਾਲ ਕੁਛ ਕੁ ਜਿਹੜੇ ਪੋਲੀਟੀਸ਼ੀਅਨ ਆਏ ਸੀਗੇ ਉਹਨਾਂ ਦੀਆਂ ਕਾਫੀ ਪੁਰਾਣੀਆਂ ਆਪਣੀਆਂ ਜਿਹੜੀਆਂ ਫੈਮਿਲੀ ਇਹਨਾਂ ਦੀਆਂ ਪੁਰਾਣੀਆਂ ਦੁਸ਼ਮਣੀਆਂ ਚੱਲਦੀਆਂ ਪਈਆਂ ਨੇ ਆਪਸ ਦੇ ਵਿੱਚ ਉਹਨਾਂ ਨੇ ਮੇਰੇ ਹਸਬੈਂਡ ਨੂੰ ਸ਼ਿਕਾਰ ਬਣਾ ਕੇ ਉਹਨਾਂ ਦੇ ਮੋਢੇ ਦੇ ਉੱਤੇ ਬੰਦੂਕ ਰੱਖ ਕੇ ਚਲਾ ਦਿੱਤੀ ਹੈ ਕਿਹੜੇ ਪੋਲੀਟੀਸ਼ੀਅਨ ਸੀਗੇ ਜੀ ਮੈਂ ਕਿਸੇ ਦਾ ਨਾਮ ਮੈਂਸ਼ਨ ਨਹੀਂ ਕਰੂੰਗੀ ਤੁਸੀਂ ਸਾਰੀਆਂ ਸੁਣੀਆਂ ਹੀ ਨੇ ਤੁਸੀਂ ਸੀਐਮ ਸਾਹਿਬ ਦਾ ਇੱਕ ਦੱਸ ਰਹੇ ਹੋ ਵਿੱਚ ਵੇਰਵਾ ਕਿ ਇਸ ਮਾਮਲੇ ਨੂੰ ਲੈ ਕੇ ਤੁਸੀਂ ਸੀਐਮ ਸਾਹਿਬ ਨੂੰ ਵੀ ਮਿਲੋਗੇ ਬਿਲਕੁਲ ਮਿਲੂੰਗੀ ਜੀ ਬਿਲਕੁਲ ਮਿਲੂੰਗੀ ਕਿਉਂਕਿ ਇਹ ਲੜਾਈ ਸਿਰਫ ਮੇਰੇ ਹਸਬੈਂਡ ਨਾਲ ਇਕੱਲੇ ਪੁਲਿਸ ਮੁਲਾਜ਼ਮ ਦੀ ਨਹੀਂ ਹੈਗੀ ਇਹਦੇ ਵਿੱਚ ਜਿਹੜੇ ਆਪਣੇ ਆਪ ਨੂੰ ਨਸ਼ੇ ਦੇ ਸੌਦਾਗਰ ਕਹਿੰਦੇ ਨੇ ਉਹਨਾਂ ਨੇ ਆਪਣੀ ਜਿਹੜੀ ਸੀਗੀ ਰੀੜ ਦੀ ਹੱਡੀ ਜਿਹੜੀ ਸਮਝਦੇ ਸੀ ਉਹਨੂੰ ਆਪਣਾ ਕੰਡਾ ਸਮਝਦੇ ਸੀਗੇ ਨਾ ਉਹਨਾਂ ਨੇ ਉਹ ਕੱਢਿਆ ਵਿੱਚੋਂ ਕਿਉਂਕਿ ਮੇਰੇ ਹਸਬੈਂਡ ਨੇ ਜਿਹੜੇ ਜਲੰਧਰ ਜ਼ਿਲ੍ਹੇ ਦੇ ਵਿੱਚ 14 ਜ਼ਿਲ੍ਹਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਨਸ਼ੇ ਦੇ ਪਰਚੇ ਦਿੱਤੇ ਨੇ ਉਹ ਇੱਕ ਇੰਸਪੈਕਟਰ ਨਵਦੀਪ ਸਿੰਘ ਨੇ ਦਿੱਤੇ ਹੋਏ ਨੇ ਇਹਨਾਂ ਨੂੰ ਇਹ ਚੁੱਭਦਾ ਸੀ ਇਹਨਾਂ ਨੇ ਆਪਣਾ ਉਹ ਕੱਢਤਾ ਕੰਡਾ ਕੱਢਤਾ ਤੁਸੀਂ ਪੋਲੀਟੀਸ਼ੀਅਨ ਦੀ ਗੱਲ ਕਰ ਰਹੇ ਹੋ ਪੋਲੀਟੀਸ਼ੀਅਨ ਨੇ ਹੀ ਆਰੋਪ ਲਗਾਏ ਨੇ ਨਵਦੀਪ ਸਿੰਘ ਤੇ ਕਿ ਪਹਿਲਾਂ ਵੀ ਇਹਨਾਂ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਕਈ ਮਾਮਲਿਆਂ ਦੇ ਵਿੱਚ ਫਗਵਾੜੇ ਦਾ ਉਹਨਾਂ ਨੇ ਵੇਰਵੇ ਦਿੱਤਾ ਕਿ ਹਰ ਇੱਕ ਜਿਹੜਾ ਮੈਂ ਦੇਖਦੀ ਹਾਂ ਹਰ ਇੱਕ ਵੀਡੀਓ ਵਿੱਚ ਫਗਵਾੜੇ ਦਾ ਜਿਹੜਾ ਮੈਂਸ਼ਨ ਕੀਤਾ ਜਾਂਦਾ ਮੈਂ ਉਹ ਵੀ ਤੁਹਾਨੂੰ ਦੱਸ ਦਿੰਦੀ ਹਾਂ ਮੇਰੇ ਦੋ ਬ੍ਰਦਰ ਸੀ ਉਹਨਾਂ ਦੋਨਾਂ ਦੀ ਡੈਥ ਹੋ ਚੁੱਕੀ ਹੈ ਮੇਰੇ ਫਾਦਰ ਸਾਹਿਬ ਸੀਗੇ ਕਰੋਨਾ ਕਾਲ 'ਚ ਉਹਨਾਂ ਦੀ ਡੈਥ ਵੀ ਹੋ ਚੁੱਕੀ ਹੈ ਜਿਹੜੇ ਨਵਦੀਪ ਸਿੰਘ ਨੇ ਉਹਨਾਂ ਦੇ ਵੱਡੇ ਬ੍ਰਦਰ ਸੀਗੇ ਕਰੋਨਾ ਕਾਲ 'ਚ ਉਹਨਾਂ ਦੀ ਵੀ ਡੈਥ ਹੋ ਚੁੱਕੀ ਸੀ ਮੇਰੇ ਹਸਬੈਂਡ ਜਿਹੜੀਆਂ ਸਾਰੀਆਂ ਫੈਮਿਲੀਜ਼ ਨੇ ਉਹਨਾਂ ਦੇ ਬੱਚੇ ਛੋਟੇ ਛੋਟੇ ਨੇ ਠੀਕ ਹੈ ਉਹਨਾਂ ਦੀ ਸਾਰੀ ਰਿਸਪੋਂਸੀਬਿਲਟੀ ਸੀ ਜਿਹੜੀ ਆਏ ਦਿਨ ਨਵਦੀਪ ਸਿੰਘ 'ਤੇ ਪੈ ਰਹੀ ਸੀ ਉਹਨਾਂ ਤੋਂ ਇਹ ਚੀਜ਼ ਜਿਹੜੀ ਬਰਦਾਸ਼ਤ ਨਹੀਂ ਸੀ ਹੋ ਰਹੀ ਕਿ ਇਹ ਜਿਹੜੀ ਹੈ ਕਿਸੇ ਹੋਰ ਦੇ ਘਰ ਵਿੱਚ ਜਾ ਕੇ ਵੀ ਜਿਹੜਾ ਇਹ ਮੌਤ ਦਾ ਜਿਹੜਾ ਨੰਗਾ ਨਾਚ ਹੈ ਇਹ ਹੋਵੇ ਇਸ ਕਰਕੇ ਉਹਨਾਂ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਜਿੱਥੇ ਉਹ ਕਰੋਨਾ ਉਹਨਾਂ ਨੇ ਕਰੋਨਾ ਨੂੰ ਲੱਤ ਮਾਰੀ ਸੀ ਗਰੀਬ ਦੀ ਰੇਹੜੀ ਨੂੰ ਲੱਤ ਨਹੀਂ ਮਾਰੀ ਇਹ ਲੋਕਾਂ ਦਾ ਨਜ਼ਰੀਆ ਵੀ ਉਹਨਾਂ ਨੇ ਉਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਿਆ